ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਜੋ ਸ਼ਬਦ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਸੂਹੀ ਮਹੱਲਾ ਪੰਜਵਾਂ, ਆ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 770 ਅੰਕ 'ਤੇ ਸੁਪਾਇਮਾਨ ਹੈ। ਬੀਬੀ ਹੁਸਨ ਜੋਤ ਕੌਰ ਜੀ, ਉਹਨਾਂ ਦੀ ਇਹ ਟਿਊਨਿੰਗ ਹੈ। ਇਸ ਜੋ ਵੀਡੀਓ ਲਿੰਕ ਮੈਂ ਤੁਹਾਨੂੰ ਦੱਸਾਂਗੀ ਡਿਸਕ੍ਰਿਪਸ਼ਨ ਬਾਕਸ ਐਂਡ ਕਮੈਂਟ ਸੈਕਸ਼ਨ ਵਿੱਚ, ਉਹਦੇ ਆਲਰੇਡੀ ਦੋ ਜੋ ਪਹਿਲੇ ਸ਼ਬਦ ਨੇ ਅਸੀਂ ਸ਼ੇਅਰ ਕਰ ਚੁੱਕੇ ਹਾਂ ਬੀਬੀ ਜੀ ਦੇ, ਜੋ ਤੁਸੀਂ AKJ ਬੀਬੀਆਂ ਵਾਲੇ ਫੋਲਡਰ ਵਿੱਚ ਪਲੇਲਿਸਟ ਸੈਕਸ਼ਨ ਵਿੱਚ ਚੈੱਕ ਕਰ ਸਕਦੇ ਹੋ। ਇਹ ਥਰਡ ਸ਼ਬਦ ਉਹਨਾਂ ਦੇ ਨਾਲ ਲਿੰਕਡ ਹੀ ਹੈਗਾ ਹੈ। ਬਹੁਤ ਫਾਸਟ ਉਹਨਾਂ ਨੇ, ਜਿਵੇਂ ਅਸੀਂ ਥਰਡ ਅਲਾਪ ਉਹਨਾਂ ਨੇ ਜਿਵੇਂ ਪ੍ਰਮਾਣ ਲੈਂਦੇ ਨੇ ਉਸ ਤਰੀਕੇ ਪੜਿਆ ਹੈ। ਤੇ ਤੁਹਾਨੂੰ ਪਹਿਲੇ ਮੇਰਾ ਮਨ ਸਾਜਨਾ ਮਿਲ ਹਰਿਆ, ਇਹ ਵਾਲਾ ਸ਼ਬਦ ਉਹਦੇ ਨਾਲ ਲਿੰਕਿੰਗ ਹੈ। ਤੇ ਇੱਕ ਅਲਾਪ ਤੋਂ ਅਸੀਂ ਸਟਾਰਟ ਕਰ ਰਹੇ ਹਾਂ, ਜੋ ਉਹਨਾਂ ਨੇ ਇੱਕ ਸਲੋਕ ਦਾ ਅਲਾਪ ਲਿਆ ਹੈ ਪਹਿਲੇ, ਜੋ ਪ੍ਰਮਾਣ, ਉਸ ਤੋਂ ਬਾਅਦ ਇਹ ਸ਼ਬਦ ਉਸਤਤ ਕਰ ਕਰ ਜੀਵਨ ਸ਼ੁਰੂ ਹੋਏਗਾ। ਆਓ ਜੀ ਅਸੀਂ ਦੇਖੀਏ। ਪਹਿਲੇ ਉਹਨਾਂ ਨੇ ਸਲੋਕ ਲਿਆ ਹੈ, ਸੰਤਾ ਸੰਗ ਵਿਹਾਵੈ। ਅਸੀਂ ਆਲਰੇਡੀ ਤੁਹਾਨੂੰ ਦਿਖਾ ਚੁੱਕੇ ਹਾਂ, ਤੁਸੀਂ ਉਹ ਦੇਖ ਸਕਦੇ ਹੋ। ਸਾਧ ਜਨਾ ਮਿਲ ਹਰਿਆ ਮੇਰਾ ਮਨ, ਸਾਧ ਜਨਾ ਮਿਲ ਹੋ ਬਲ 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 ਸਾਧ ਜਨਾ ਕੋ ਹੋ ਬਲ 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 ਸਾਧ ਜਨਾ ਕੋ ਮਿਲ ਮਹਾਰਸ ਮੀਠਾ ਮਹਾਰਸ ਮੀ
ਮਿੱਠਾ ਮਹਾਰਸ ਮਿੱਠਾ। ਫਿਰ ਹਾਈ ਪਿੱਚ ਤੇ ਸ਼ਬਦ ਦੀ ਸਥਾਈ ਹੈ ਜੀ। ਭੈਣ ਜੀ ਨੇ ਬਹੁਤ ਹੀ ਫਾਸਟ ਇਹਨੂੰ ਗਾਇਨ ਕੀਤਾ ਹੈ ਤੇ ਤੁਸੀਂ ਉਹ ਸ਼ਬਦ ਦਾ ਲਿੰਕ ਜੋ ਮੈਂ ਪ੍ਰੋਵਾਈਡ ਕਰਾਂਗੀ ਉਹਦੇ ਤੇ ਜਾ ਕੇ ਸੁਣ ਸਕਦੇ ਹੋ। 45 ਮਿੰਟਸ ਤੋਂ ਬਾਅਦ ਇਹ ਸ਼ਬਦ ਸ਼ੁਰੂ ਹੁੰਦਾ ਹੈ। ਹੁਣ ਅਸੀਂ ਅੰਤਰੇ ਦੀ ਟਿਊਨਿੰਗ ਦੇਖੀਏ। ਹਰ ਚਰਨ ਕਮਲ ਕੀ ਟੇਕ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਨੈਕਸਟ ਲਾਈਨ ਹਾਈ ਸਿਕਸ ਸਕੇਲ ਤੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ।